ਸਾਲਾ ਬੀਬੀ ਬਾਦਲ ਪਿਛਲੇ ਕੁਝ ਸਮੇਂ ਤੋਂ ਕੈਂਸਰ ਨਾਲ ਜੂਝ ਰਹੀ ਸੀ। ਬੀਬੀ ਬਾਦਲ ਦੇ ਅਕਾਲ ਚਲਾਣੇ ਨਾਲ ਪ੍ਰਕਾਸ਼ ਸਿੰਘ ਬਾਦਲ, ਉਹਨਾਂ ਦੇ ਬੇਟੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸਮੇਤ ਪੂਰੇ ਪਰਿਵਾਰ ਨੂੰ ਧੱਕਾ ਲੱਗਿਆ ਹੈ। ਬੀਬੀ ਬਾਦਲ ਦਾ ਸੰਸਕਾਰ ਬੁੱਧਵਾਰ ਨੂੰ ਮੁਕਤਸਰ ਵਿੱਚ ਉਹਨਾਂ ਦੇ ਜੱਦੀ ਪਿੰਡ ਵਿਖੇ ਕੀਤਾ ਜਾਏਗਾ। ਇਸ ਮੌਕੇ ਤੇ ਪੀਜੀਆਈ ਵਿੱਚ ਮੌਜੂਦ ਭਾਜਪਾ ਅਤੇ ਅਕਾਲੀ ਦਲ ਦੇ ਵਰਿਸ਼ਠ ਨੇਤਾਵਾਂ ਨੇ ਬੀਬੀ ਬਾਦਲ ਦੀ ਮੌਤ ਤੇ ਗਹਿਰਾ ਦੁੱਖ ਪ੍ਰਗਟ ਕੀਤਾ। ਇਸ ਤਰ੍ਹਾਂ ਆਪਣੇ ਕਿਸੇ ਸਕੇ ਸੰਬੰਧੀ ਨੂੰ ਯਾਦ ਕਰੀਦਾ ਹੈ ਔਰ ਖਾਸ ਤੌਰ ਤੇ ਇੱਕ ਪਬਲਿਕ ਮੈਨ ਨੂੰ ਯਾਦ ਕਰੀਦਾ ਜਿਹੜਾ ਜਿਹਨੇ ਲੋਕਾਂ ਲਈ ਕੁਝ ਕੀਤਾ ਹੋਵੇ, ਉਹ ਸਕੇ ਸੰਬੰਧੀ ਤੋਂ ਵੀ ਜ਼ਿਆਦਾ ਉਹਨੂੰ ਯਾਦ ਰੱਖਿਆ ਜਾਂਦਾ।